ਹੁਣ ਪੰਜਾਬ ਦੇ ਗੱਬਰੂਆਂ ਨੂੰ ਤੇ ਮਟਿਆਰਾਂ ਨੂੰ ਮਤਲਬ ਮੁੰਡਿਆਂ ਤੇ ਕੁੜੀਆਂ ਨੂੰ ਸੁਪਣਿਆਂ ਦੇ ਵਿੱਚ ਪੰਜਾਬ ਨਹੀਂ ਆਉਂਦਾ ਉਹਨਾਂ ਸੁਪਣਿਆਂ ਦੇ ਵਿੱਚ ਹੁਣ ਕੈਨੇਡਾ ਆਉਂਦਾ ਕੈਨੇਡਾ 'ਚ ਧੜਾ ਧੜ ਕਾਲਜ ਖੁੱਲ ਰਹੇ ਨੇ ਧੜਾ ਧੜ ਐਡਮਿਸ਼ਨ ਹੋ ਰਹੀਆਂ ਨੇ ਪੰਜਾਬੀ ਕੁੜੀਆਂ ਮੁੰਡਿਆਂ ਦੀਆਂ ਤੇ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਇੱਥੇ ਕਾਲਜ ਬੰਦ ਹੋ ਰਹੇ ਨੇ ਨਵੇਂ ਅੰਕੜੇ ਆਏ ਨੇ ਨਵੇਂ ਅੰਕੜੇ ਹੈਰਾਨ ਕਰਦੇ ਨੇ ਪਰੇਸ਼ਾਨ ਵੀ ਕਰਦੇ ਨੇ ਕਿ ਆਖਰ ਪੰਜਾਬੀ ਮੁੰਡੇ ਕੁੜੀਆਂ ਦਾ ਜਿਹੜਾ ਵੋਹ ਪੰਜਾਬ ਨੂੰ ਛੱਡ ਕੇ ਕੈਨੇਡਾ ਵੱਲ ਕਿਉਂ ਵੱਧਦਾ ਜਾ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਥੋਂ ਦੀਆਂ ਚੁਣੀਆਂ ਸਰਕਾਰਾਂ ਨੇ ਕਦੀ ਪੰਜਾਬੀ ਮੁੰਡੇ ਕੁੜੀਆਂ ਦੀ ਕਦਰ ਹੀ ਨਹੀਂ ਕੀਤੀ ਤੇ ਹੁਣ ਇਹ ਸਾਡਾ ਜਿਹੜਾ ਪੁਵੇਖਾ ਉਹ ਕੈਨੇਡਾ ਦੇ ਵਿੱਚ ਆਪਣਾ ਪੁਵੇਖ ਤਲਾਸ਼ਣ ਵਾਸਤੇ ਧੜਾ ਧੜ ਜਾ ਰਿਹਾ ਕਾਰਨ ਸਾਫ਼ ਹੈ ਕਿ ਕੈਨੇਡੀਅਨ ਗਵਰਨਮੈਂਟ ਨੇ ਹੁਣ ਉਹਦੇ ਆਏ ਦੇ ਨਾਲ ਨਾਲ ਜਿਹੜੇ ਕੰਮ ਕਰਨ ਦੇ ਜਿਹੜੇ ਘੰਟੇ ਸੀ ਉਹ ਵੀ ਵਧਾ ਦਿੱਤੇ ਨੇ ਤੇ ਜਿਸ ਕਾਰਨ ਹੁਣ ਕੈਨੇਡਾ ਇੱਕ ਜਿਹਾ ਡੈਸਟੀਨੇਸ਼ਨ ਬਣ ਚੁੱਕਾ ਕਿ ਦੁਨੀਆ ਭਰ ਦੇ ਜਿਹੜੇ ਉੱਥੋਂ ਦੇ ਮੁੰਡੇ ਕੁੜੀਆਂ ਨੇ ਉਹਨਾਂ ਦੀ ਜੇ ਇੱਕ ਡੈਸਟੀਨੇਸ਼ਨ ਆ ਉਹ ਡੈਸਟੀਨੇਸ਼ਨ ਦੇ ਵਿੱਚ ਕੈਨੇਡਾ ਕੰਟਰੀ ਨੰਬਰ 1 ਤੇ ਆ ਤੇ ਪੰਜਾਬ ਚ ਕਾਲਜ ਬੰਦ ਹੋ ਰਹੇ ਨੇ, ਸೀਟਾਂ ਖਾਲੀ ਰਹਿ ਰਹੀਆਂ ਨੇ ਕਿਉਂਕਿ ਹੁਣ ਤੇ 12ਵੀਂ ਜਮਾਤ ਮਗਰੋਂ ਕਰਦੇ ਨੇ ਆਇਲਜ ਕੋਰਸ ਪਹਿਲਾਂ ਕਰਕੇ ਤਿਆਰੀ ਕਰ ਦਿੰਦੇ ਨੇ। ਰਿਜ਼ਲਟ ਆਉਣ ਦੇ ਅਨਸਾਰ ਹੀ ਚਾਹੇ ਮਾਪਿਆਂ ਦਾ ਇਕਲੌਤਾ ਮੁੰਡਾ ਚਾਹੇ ਮਾਪਿਆਂ ਦੀ ਇਕਲੌਤੀ ਧੀ ਆ ਉਹ ਕਹਿੰਦੇ ਇੱਥੇ ਨਹੀਂ ਰਹਿਣਾ, ਚੱਲ ਕੈਨੇਡਾ। ਹੁਣ ਤੇ ਫਿਲਮਾਂ ਵੀ ਬਣ ਚੁੱਕੀਆਂ ਐ, ਚੱਲ ਮੇਰਾ ਪੁੱਤ ਕੈਨੇਡਾ ਨੂੰ ਲੈ ਕੇ ਪਾਰਟ 2 ਵੀ ਆ ਚੁੱਕਾ। ਬਹੁਤ ਸਾਰੀਆਂ ਫਿਲਮਾਂ ਨੇ ਸ਼ਾਇਦ ਉਹ ਫਿਲਮਾਂ ਕਿਉਂਕਿ ਹਮੇਸ਼ਾ ਹੀ ਸਮਾਜ ਨੂੰ ਆਇਨਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਪੰਜਾਬ ਦੀ ਇਹ ਤਸਵੀਰ ਆ ਹੁਣ ਉਸ ਤਸਵੀਰ ਦੇ ਵਿੱਚ ਕੁਝ ਅੰਕ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜਿਹੜੇ ਵਿਦਿਆਰਥੀਆਂ ਦੀ ਜਿਹੜੀ ਗਿਣਤੀ ਆ ਉਹ ਵੱਧ ਚੁੱਕੀ ਆ ਸਾਲ 2022 ਦੀ ਅਗਰ ਗੱਲ ਕੀਤੀ ਜਾਵੇ ਤਾਂ ਲੱਗ ਲੱਗ ਜਿਹੜੇ ਕੋਰਸ ਸੀ ਉਹਨਾਂ ਤਹਿਤ ਜਿਹੜੇ ਜਿਨ੍ਹਾਂ ਨੇ ਕੈਨੇਡਾ ਜਾ ਕੇ ਐਡਮਿਸ਼ਨ ਲਈ ਆ ਉਹ ਗਿਣਤੀ ਸੀ 550000 ਇਹਦੇ ਚ ਇੰਟਰਨੈਸ਼ਨਲ ਸਟੂਡੈਂਟ ਸੀ ਮਤਲਬ ਹਰ ਦੇਸ਼ ਦੇ ਤੇ 550000 ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀ ਉਹਨਾਂ ਚ ਭਾਰਤੀਆਂ ਦੀ ਕਿੰਨੀ ਗਿਣਤੀ ਸੀ ਉਹ ਸੀ 226000 ਤੇ 226000 ਚੋਂ ਪੰਜਾਬ ਦੇ ਕਿੰਨੇ ਸੀ 80000 ਮੁੰਡੇ ਕੁੜੀਆਂ ਇਹ ਤਸਵੀਰ ਹੈ ਇਸ ਤਸਵੀਰ ਨੇ ਪੰਜਾਬ ਦੀ ਉਹ ਦਿਸ਼ਾ ਤੇ ਦਸ਼ਾ ਨਿਰਧਾਰਤ ਕਰ ਦਿੱਤੀ ਹੈ ਡਿਫਾਈਨ ਕਰ ਦਿੱਤੀ ਹੈ ਕਿ ਪੰਜਾਬ ਚ ਕਿਉਂ ਨਹੀਂ ਆਖਰ ਇਥੋਂ ਦੇ ਮੁੰਡੇ ਕੁੜੀਆਂ ਦਾ ਦਿਲ ਪੰਜਾਬ ਚ ਕਿਉਂ ਨਹੀਂ ਲੱਗਦਾਗਾ ਜੇ ਐਡੀ ਵੱਡੀ ਗਿਣਤੀ ਦੇ ਵਿੱਚ ਅਗਰ ਬੱਚੇ ਜਾ ਰਹੇ ਨੇ ਤੇ ਲਾਜ਼ਮੀ ਤੌਰ ਤੇ ਸਰਕਾਰਾਂ ਤੇ ਪ੍ਰਸ਼ਾਸਨ ਜਵਾਬ ਦੇਵੇ ਹੁਣ ਇੱਕ ਇੱਕ ਤਰਫ ਕੈਨੇਡਾ ਵਿੱਚ ਪਹੁੰਚਣ ਵਾਲੇ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਦੀ ਜਿਹੜੀ ਗਿਣਤੀ ਵਧਦੀ ਜਾ ਰਹੀ ਤੇ ਉੱਥੇ ਪੰਜਾਬ ਦੇ ਵਿੱਚ ਜਿਹੜੇ ਟੈਕਨੀਕਲ ਕਾਲਜ ਆ ਉੱਥੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੀ ਨਹੀਂ ਹੋ ਰਹੀ ਬਲਕਿ ਉਹ ਟੈਕਨੀਕਲ ਕਾਲਜ ਆ ਉਹ ਵੀ ਬੰਦ ਹੋ ਰਹੇ ਨੇ ਟੈਕਨੀਕਲ ਕੋਰਸੇਜ਼ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਸੀਟਾਂ ਦੀ ਸੰਖਿਆ ਪਹਿਲਾਂ 5 ਸਾਲ ਪਹਿਲਾਂ ਲਗਭਗ 1.5 ਲੱਖ ਹੁੰਦੀ ਸੀ ਮਤਲਬ 1,44,000 ਐਡਮਿਸ਼ਨ ਹੁੰਦੀ ਸੀ ਤੇ ਹੁਣ ਉਹ 2022 2023 ਚ ਜੇਕਰ ਜਿਹੜੇ ਅੰਕੜੇ ਆਏ ਨੇ ਉਹ ਘਟ ਕੇ ਮਹਿਜ 71,762 ਰਹਿ ਗਿਆ ਹੈ ਇਹ ਪੰਜਾਬ ਦੀ ਤਸਵੀਰ ਟੈਕਨੀਕਲ ਕਾਲਜਾਂ ਦੀ ਜੇ ਬੱਚੇ ਟੈਕਨੀਕਲ ਪੜ੍ਹਾਈ ਵੀ ਨਹੀਂ ਕਰਨਾ ਚਾਹੁੰਦੇ ਉਹਨੂੰ ਪਤਾ ਕਿ ਇੰਨੇ ਮਾਪਿਆਂ ਦੇ ਪੈਸੇ ਲੱਗ ਜਾਂਦੇ ਨੇ ਤੁਸੀਂ 12 ਕਰਨੀਆਂ 12 ਤੋਂ ਬਾਅਦ ਟੈਸਟ ਦੇਣੇ ਫਿਰ 3 ਸਾਲ ਦਾ ਡਿਪਲੋਮਾ 4 ਸਾਲ ਦੀ ਡਿਗਰੀ ਹੁੰਦੀ ਆ ਹੁੰਦੀ ਆ 5 ਸਾਲ ਲੱਗ ਜਾਂਦੇ ਨੇ ਬਾਅਦ ਚ ਨੌਕਰੀ ਤੇ ਮਿਲਦੀ ਨਹੀਂ ਆ ਪੰਜਾਬ ਸਰਕਾਰਾਂ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਉਹਨਾਂ ਵੱਲੋਂ ਮਾਰੇ ਜਾਂਦੇ ਰੋਜ਼ ਡੰਡੇ ਡਾਂਗਾ लाठी चार्ज ਤੇ ਫਿਰ ਬੱਚਾ ਸੋਚਦੇ ਨੇ ਮਾਪਿਓ ਸੋਚਦੇ 12 ਪਾਸ ਕਰਕੇ ਇੱਥੇ ਹਿੰਦੁਸਤਾਨ ਦੇ ਵਿੱਚ ਐਡਮਿਸ਼ਨ ਲੈਣੀਆਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਕੋਈ ਸਰਕਾਰੀ ਕਾਲਜ ਤੇ ਅੱਗੇ ਵਾਜੇ ਵਜੇ ਪਏ ਨੇ ਪਿਰੇ ਤੇ ਇਹ ਅਗਰ 20-25 ਲੱਖ ਰੁਪਇਆ ਲੱਗਦਾ ਉਸ ਤੋਂ ਬਾਅਦ ਕੋਈ ਨੌਕਰੀ ਦੀ ਭਰੋਸਾ ਨਹੀਂ ਤਸੱਲੀ ਨਹੀਂ ਡਾਂਸ ਔਟੇ ਨਸ਼ੇ ਕ੍ਰੂੜ ਵਸਤਾ ਤੇ ਚੰਗਾ ਹੀ ਹੈ ਕਿ ਉੱਥੇ ਜਾ ਕੇ ਪੜ੍ਹ ਵੀ ਲੋ ਪੜ੍ਹਾਈ ਦੇ ਨਾਲ ਤੁਹਾਨੂੰ ਕੰਮ ਕਰਨ ਦੇ ਘੰਟੇ ਵੀ ਮਿਲ ਜਾਂਦੇ ਨੇ ਤੁਸੀਂ ਆਪਣੀ ਫੀਸਾਂ ਤਾਰ ਸਕਦੇ ਹੋ ਘਰ ਦਾ ਗੁਜ਼ਾਰਾ ਹੋ ਜਾਂਦਾ ਰੋਟੀ ਪਾਣੀ ਦਾ ਖਰਚਾ ਨਿਕਲ ਜਾਂਦਾ ਇਸ ਕਰਕੇ ਬੱਚੇ ਲਗਾਤਾਰ ਕੈਨੇਡਾ ਜਾ ਰਹੇ ਨੇ ਉਹ ਜਿਹੜੀ ਇਮੀਗ੍ਰੇਸ਼ਨ ਰਫੂਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਗਵਰਨਮੈਂਟ ਦੁਆਰਾ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਆ ਉਹਦੇ ਚ ਉਹਨਾਂ ਜ਼ਿਕਰ ਕੀਤਾ ਕਿ ਇਸ ਸਾਲ 2022 ਵਿੱਚ ਦੁਨੀਆ ਭਰ ਦੇ 184 ਦੇਸ਼ਾਂ ਚੋਂ ਰਿਕਾਰਡ ਤੋੜ ਜਿਹੜੇ ਐਡਮਿਸ਼ਨ ਹੋਈ ਆ ਉਹ ਆ 551405 ਜਿਹੜੇ ਇੰਟਰਨੈਸ਼ਨਲ ਬੱਚੇ ਨੇ ਉਹ ਸਟੱਡੀ ਵਾਸਤੇ ਕੈਨੇਡਾ ਪਹੁੰਚੇ ਨੇ ਇਹਨਾਂ ਵਿੱਚੋਂ 226450 ਜਿਹੜੇ ਵਿਦਿਆਰਥੀ ਨੇ ਉਹ ਭਾਰਤੀ ਨੇ ਤੇ ਭਾਰਤੀ ਵਿਦਿਆਰਥੀਆਂ ਦੀ ਵੀ ਗਿਣਤੀ ਇੰਨੀ ਆ ਲੇਕਿਨ ਇਸ ਦੇ ਬਾਵਜੂਨ ਜਨਵਰੀ 2023 ਚ ਜਿਹੜੇ ਜਿਹੜਾ ਇਸ ਦੇਸ਼ ਦੇ ਵਿੱਚ ਕੈਨੇਡਾ ਪਹੁੰਚੇ ਨੇ ਨਵੇਂ ਸਟੂਡੈਂਟ ਉਹਨਾਂ ਦਾ ਜਿਹੜਾ ਅੰਕੜੇ ਨੇ ਗਿਣਤੀ ਹੋਰ ਵੱਧ ਗਈ ਹੈ ਜਿੱਥੇ ਕੈਨੇਡਾ ਵਿੱਚ ਵਰਸ਼ ਸਾਲ 2022 ਵਿੱਚ ਪੜ ਰਹੇ 8 ਲੱਖ ਤੋਂ ਜ਼ਿਆਦਾ ਜਿਹੜੇ ਬੱਚੇ ਇੰਟਰਨੈਸ਼ਨਲ ਸਟੂਡੈਂਟ ਉਹਦੇ ਚੋਂ 3 ਲੱਖ 19130 ਸਿਰ ਭਾਰਤ ਤੋਂ ਝੁਈਆਂ ਇਸ ਤੋਂ ਬਾਅਦ ਚੀਨ ਦੇ ਜਿਹੜੇ ਉਹ 1 ਲੱਖ ਬੱਚੇ ਨੇ ਫਿਲੀਪੀਨਸ ਦੇ 32445 ਫਰਾਂਸ ਦੇ 21660 ਨਾਈਜੀਰੀਆ ਦੇ 2000 ਸਟੂਡੈਂਟ ਨੇ ਜਿਹੜੇ ਉੱਥੇ ਜਾ ਕੇ ਪੜ੍ਹ ਰਹੇ ਨੇ ਲੇਕਿਨ ਸਾਲ 2021 ਦੇ ਵਿੱਚ ਜਿਹੜੇ 447260 ਜਿਨ੍ਹਾਂ ਨੂੰ ਸਟੂਡੈਂਟਸ ਨੂੰ ਵੀਜ਼ਾ ਦਿੱਤਾ ਗਿਆ ਉਹ ਸਭ ਤੋਂ ਜ਼ਿਆਦਾ ਹੈਗਾ ਔਰ ਇਸ ਤੋਂ ਇਲਾਵਾ ਇਸ ਮਸਲੇ ਜਿਹੜੇ ਇਮੀਗ੍ਰੇਸ਼ਨ ਜਾਂ ਸਟੱਡੀ ਵੀਜ਼ਾ ਦਾ ਕੰਮ ਕਰਨੇ ਉਹਨਾਂ ਦਾ ਇਹ ਮੰਨਣਾ ਹੈਗਾ ਕਿ ਕੋਵਿਡ ਤੋਂ ਬਾਅਦ ਕੈਨੇਡੀਅਨ ਗਵਰਨਮੈਂਟ ਦੁਵਾਰਾ ਜਿਹੜਾ ਸਟੂਡੈਂਟਸ ਨੂੰ ਕੰਮ ਕਰਨ ਵਾਸਤੇ ਪਹਿਲਾਂ ਘੰਟੇ ਘੱਟ ਦਿੱਤੇ ਜਾਂਦੇ ਸੀ ਹੁਣ ਵਧਾ ਦਿੱਤੇ ਗਏ ਨੇ ਇਸ ਕਰਕੇ ਵੀ ਵਜਾ ਇੱਕ ਤੇ ਪੱਕਾ ਹੋਣ ਦੀ ਉਮੀਦ ਪੂਰੀ ਦੀ ਆ ਪੀਆਰ ਪੜ੍ਹਾਈ ਤੋਂ ਬਾਅਦ ਉੱਥੇ ਵਿਲੇ ਨਹੀਂ ਕੰਮ ਵੀ ਮਿਲ ਜਾਣਾ ਹੈਗਾ ਇਸ ਕਰਕੇ ਬੱਚੇ ਧੜਾ ਧੜ ਜਾ ਰਹੇ ਨੇ ਹੁਣ ਤੇ ਘੰਟੇ ਵਧਾ ਦਿੱਤੇ ਜਾਂਦੇ ਪੰਜਾਬੀ ਕੰਮ ਕਰਨ ਚ ਤੇ ਕਿਸੇ ਦਾ ਜਿਹੜੇ ਪੰਜਾਬੀਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ ਹੈਗੇ ਇਸ ਕਰਕੇ ਬੱਚਿਆਂ ਵਾਸਤੇ ਚੰਗਾ ਹੋ ਸਕਦਾ ਕਿ ਪਹਿਲਾਂ ਕੰਮ ਕਰਨ ਵਾਸਤੇ ਘੱਟ ਘੰਟੇ ਹੋਣਾ ਕਿ ਜ਼ਿਆਦਾ ਘੰਟੇ ਮਿਲਣਗੇ ਬੱਚੇ ਪੜ ਵੀ ਲੈਣਗੇ ਕੰਮ ਹੀ ਕਰ ਲੈਣਗੇ ਆਪਣੀਆਂ ਫੀਸਾਂ ਵੀ ਕੱਢ ਲੈਣਗੇ ਘਰ ਦਾ ਰੋਟੀ ਪਾਣੀ ਦਾ ਖਰਚਾ ਵੀ ਕੱਢ ਲੈਣਗੇ ਤੇ ਟੜਾ ਟੜਾ ਹੋ ਰਹੇ ਨੇ ਤੇ ਹੁਣ ਇਸ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ 'ਚ ਇਸ ਸਮੇਂ ਜਿਹੜੇ ਟੈਕਨੀਕਲ ਕਾਲਜ ਉਹ ਲਗਾਤਾਰ ਬੰਦ ਹੁੰਦੇ ਜਾ ਰਹੇ ਨੇ 올 ਇੰਡੀਆ ਕਾਉਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੇ ਜਿਹੜੀ ਤਾਜ਼ਾ ਰਿਪੋਰਟ ਆਈ ਹੈ ਉਹਦੇ ਅਨਸਾਰ ਪਿਛਲੇ 5 ਸਾਲ ਵਿੱਚ ਪੰਜਾਬ ਵਿੱਚ ਟੈਕਨੀਕਲ ਕਾਲਜਾਂ ਦੀ ਜਿਹੜੀ ਸੰਖਿਆ ਸੀ ਗਿਣਤੀ ਸੀ ਉਹ ਪਹਿਲਾਂ 393 ਸੀ ਉਹ ਘਟ ਕੇ ਹੁਣ 255 ਆ ਗਈਆਂ ਉੱਥੇ ਸਾਲ 2018-19 ਵਿੱਚ ਪੰਜਾਬ ਦੇ ਜਿੰਨੇ ਵੀ ਟੈਕਨੀਕਲ ਕਾਲ ਸੀ ਉਹਨਾਂ ਦੀ ਜਿਹੜੀ ਸੀਟਾਂ ਦੀ ਗਿਣਤੀ 1,44,000 ਸੀ ਤੇ ਸਾਲ 2023 ਦੀ ਅਗਰ ਗੱਲ ਕੀਤੀ ਜਾਵੇ ਤਾਂ 144000 ਜਿਹੜੀਆਂ ਸੀਟਾਂ ਸੀ ਉਹ ਗਿਣਤੀ ਘਟ ਕੇ 71762 ਰਹਿ ਗਈ ਤੇ ਇਹਨਾਂ ਸੀਟਾਂ ਚਕਰੀਬ 50% ਦੀ ਹੁਣ ਖਾਲੀ ਰਹਿ ਗਈਆਂ ਨੇ ਤੇ ਜਿਹੜੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਕੰਪਿਊਟਰ ਸਾਇੰਸ ਅਤੇ ਇਮੀਗ੍ਰੇਸ਼ਨ ਟੈਕਨੋਲੋਜੀ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਖਾਲੀ ਨੇ ਕੋਰਸ ਖਾਲੀ ਨੇ ਇਹ ਪੰਜਾਬ ਦੀ ਤਸਵੀਰ ਆ ਹਾਲੇਕਿ ਬਹੁਤ ਸਾਰੀਆਂ ਸਰਕਾਰਾਂ ਬਣੀਆਂ ਨੇ ਫੜਾਂ ਬਹੁਤ ਵੱਡੀਆਂ-ਵੱਡੀਆਂ ਮਾਰੀਆਂ ਨੇ ਗੱਪ ਬਹੁਤ ਵੱਡੇ-ਵੱਡੇ ਮਾਰੇ ਨੇ ਲੇਕਿਨ ਪੰਜਾਬ ਦੀ ਤਸਵੀਰ ਜਾਂ ਤਕਦੀਰ ਨਹੀਂ ਬਦਲੀ ਹੁਣ ਫਿਲਹਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ 11 ਮਹੀਨੇ ਦੀ ਸਰਕਾਰ ਹੋ ਚੁੱਕੀ ਹੈ ਅਗਲੇ ਮਹੀਨੇ ਪੂਰੇ 1 ਸਾਲ ਦੀ ਸਰਕਾਰ ਹੋ ਜਾਣਾ ਹੈ ਪਰ ਹੱਲੇ ਪੰਜਾਬ ਦੇ ਵਿੱਚ ਦਿਸ਼ਾ ਔਰ ਦਿਸ਼ਾ ਦੋਨੇ ਮਾਰੀਆਂ ਲੱਗਦੀਆਂ ਪਰ ਸਰਕਾਰ ਦਾ ਵੀ ਤਰਕ ਤੇ ਦਲੀਲ ਵੀ ਠੀਕ ਆ ਕਿ ਗੁੰਝਲਾਂ ਬੜੀਆਂ ਪਈਆਂ ਹੋਈਆਂ ਤੇ ਗੁੰਝਲਾਂ ਜਦੋਂ ਕੱਢਣੀਆਂ ਉਹਦੇ ਟਾਈਮ ਲੱਗਦਾ ਹੈ ਲੇਕਿਨ ਅਗਰ ਬੱਚਿਆਂ ਦੀ ਗੱਲ ਕੀਤੀ ਜਾ ਪੰਜਾਬੀ ਮੁੰਡੇ ਕੁੜੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਤੜਾ ਤੜ ਬਾਹਰ ਦੇ ਮੁਲਕਾਂ ਵਿੱਚ ਜਾ ਰਹੇ ਨੇ ਸਿਰਫ ਪੰਜਾਬ ਹੀ ਨਹੀਂ ਕਿਉਂਕਿ ਪੰਜਾਬ ਕਿਉਂਕਿ ਅਸੀਂ ਪੰਜਾਬੀ ਹੁਣ ਕਰਕੇ ਜਿਆਦਾ ਚਿੰਤਾ ਕਰਦੇ ਆਂ ਲੇਕਿਨ ਪੂਰੇ ਹਿੰਦੁਸਤਾਨ ਜੇ ਅਗਰ ਗੱਲ ਕੀਤੀ ਜਾਵੇ ਤਾਂ 2.26 ਲੱਖ ਬੱਚੇ ਗਏ ਨੇ ਸਾਲ ਦੇ ਵਿੱਚ ਤੇ ਜਿਹਦੇ ਚੋ 80 ਹਜ਼ਾਰ ਬੱਚੇ ਸਿਰ ਪੰਜਾਬ ਦੇ ਨੇ ਚੰਡੀਗੜ੍ਹ ਇਸ ਕਰਕੇ ਨਾਲ ਲੈ ਕੇ ਚੱਲਦੇ ਕਿਉਂਕਿ ਬਹੁਤ ਸਾਰੇ ਜਿਹੜੇ ਇੱਥੇ ਆਇਲ ਜਿਹਦੇ ਸੈਂਟਰ ਨੇ ਸਟੱਡੀ ਵੀਜ਼ਾ ਦੇ ਸੈਂਟਰ ਨੇ ਉਹ ਚੰਡੀਗੜ੍ਹ ਦੇ ਵਿੱਚ ਹੈ ਤੇ ਚੰਡੀਗੜ੍ਹ ਦੇ ਵਿੱਚ ਪੜਨ ਵਾਲਾ ਬੱਚਾ ਥੋੜਾ ਜਿਹਾ ਆਪਣੇ ਆਪ ਨੂੰ ਇੱਕ ਵੱਖਰਾ ਦੇ ਤੌਰ ਤੇ ਪੇਸ਼ ਕਰਦਾ ਕਿ ਤੇ ਇਸ ਕਰਕੇ ਪੰਜਾਬ ਦੇ ਬੱਚਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਜਿੱਥੇ ਪੂਰੇ ਹਿੰਦੁਸਤਾਨ ਦੇ ਬੱਚਿਆਂ ਦੀ ਗਿਣਤੀ ਕੈਨੇਡਾ ਪਹੁੰਚਣ ਵਾਲਿਆਂ ਚ 2,26,000 ਸੀ ਉਹਨਾਂ ਦੇ ਵਿੱਚੋਂ 80 ਹਜ਼ਾਰ ਕੱਲੇ ਪੰਜਾਬ ਦੇ ਨੇ ਉਸ ਤੋਂ ਬਾਅਦ ਹਰਿਆਣਾ ਵੀ ਦਿੱਲੀ ਵੀ ਕੇਰਲਾ ਵੀ ਹੈ ਮ드ਰਾਸ ਵੀ ਹੈ ਔਰ ਵੀ ਸਟੇਟਾਂ ਦੇ ਬੱਚੇ ਨੇ ਲਿਕਣਾ ਸੀ ਤੇ ਆਪਣੇ ਪੰਜਾਬ ਦੀ ਹੀ ਚਿੰਤਾ ਕਰ ਰਹੇ ਨੇ ਦੇਸ਼ ਦੀ ਚਿੰਤਾ ਵੀ ਹੋਣੀ ਚਾਹੀਦੀ ਲੇਕਿਨ ਪੰਜਾਬ ਦੇ ਅਗਰ ਮੁੰਡੇ ਕੁੜੀਆਂ ਦੀ ਗੱਲ ਕਿੱਥੇ ਤੇ ਇੱਕ ਸਕੌੜਾ ਸੱਚ ਆ ਕਿ ਹੁਣ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਨੇ ਉਹਨਾਂ ਦੇ ਸੁਪਨਿਆਂ ਦੇ ਵਿੱਚ ਪੰਜਾਬ ਨਹੀਂ ਕੈਨੇਡਾ ਆਉਂਦਾ ਹੈਗਾ ਇਹਦੇ ਦੋਸ਼ ਅਸੀਂ ਸਿੱਧੇ ਤੌਰ ਤੇ ਸਰਕਾਰਾਂ ਦਾ ਮੰਦੇ ਫਿਲਹਾਲ ਤੁਹਾਡਾ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ